ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮਨੀ ਫਾਰਮ 77 ਤੋਂ। ਅਸੀਂ ਬਿਆਨ ਕਰ ਰਹੇ ਜੀ NHDRF ਦੀ ਪਿਆਜ਼ ਦੀ। ਇਹ ਪਿਆਜ਼ ਦੀ ਪਨੀਰੀ ਅਸੀਂ 8ਵੇਂ ਮਹੀਨੇ ਦੇ ਵਿੱਚ ਵੇਚਣ ਲੱਗਾਂਗੇ। ਹਰਾ ਪਿਆਜ਼ ਇਹਨੂੰ ਕਹਿੰਦੇ ਨੇ, ਵਰਖਾ ਰੁੱਤ ਦਾ ਪਿਆਜ਼ ਕਹਿੰਦੇ ਨੇ ਇਹਨੂੰ। ADR ਵਰਾਇਟੀ ਹੈ ਜੀ ਇਹ। ਬਠਿੰਡੇ ਇਹਨਾਂ ਦਾ ਦਫ਼ਤਰ ਆ, ਉੱਥੋਂ ਆਪਾਂ ਆਰਾਮ ਨਾਲ ਲਿਆ ਸਕਦੇ ਹਾਂ। ਬਿਆਨ ਕਰ ਰਹੇ ਹਾਂ ਅਸੀਂ ਅੱਜ ਲਗਭਗ 40 ਕਿਲੋ ਸੀਡ ਦੀ। ਇਸ ਵਾਰੀ ਪਿਆਜ਼ ਦਾ ਰੇਟ ਥੋੜ੍ਹਾ ਜਿਹਾ ਵਧੀਆ ਹੋਣ ਕਰਕੇ, ਇਸ ਵਾਰੀ ਗਰਮੀ ਵਾਲੀ ਪਿਆਜ਼ ਦੀ ਪਨੀਰੀ ਵੀ ਵਧੀਆ ਬੀਜਾਂਗੇ। ਪਿਆਜ਼ ਨੂੰ ਦਵਾਈ ਲਾਉਣੀ ਜ਼ਰੂਰੀ ਹੈ ਜੀ। ਹੁਣ ਬਾਇਓ ਦੀ ਜਗ੍ਹਾ ਅਸੀਂ ਕੈਮੀਕਲ ਯੂਜ਼ ਕਰਾਂਗੇ, ਬੋਵਿਸਟਨ। ਉਹਦੇ ਨਾਲ ਅਸੀਂ ਇਹ ਬੀਜ ਨੂੰ ਸੋਧ ਰਹੇ ਹਾਂ। ਵਰਾਇਟੀ ਬਹੁਤ ਵਧੀਆ ਇਹ। ਹਰਾ ਪਿਆਜ਼ ਤੁਸੀਂ ਮੰਡੀ ਦੇ ਵਿੱਚ ਵੇਚਣਾ ਹੋਵੇ, ਮੰਡੀ ਦੇ ਵਿੱਚ ਵੀ ਵੇਚ ਸਕਦੇ ਹੋ। ਘਰੇ ਲਾਉਣਾ ਹੋਵੇ, ਘਰੇ ਵੀ ਲਾ ਸਕਦੇ ਹੋ ਆਪਦੇ ਖਾਣ ਦੇ ਲਈ। ਜਿਵੇਂ ਪਿਆਜ਼ ਮਹਿੰਗਾ ਹੋਈ ਜਾਂਦਾ, 8ਵੇਂ ਮਹੀਨੇ ਦੇ 10 ਤਰੀਕ ਤੋਂ ਜਾਂ 20 ਤਰੀਕ ਤੋਂ ਪਿਆਜ਼ ਦੀ ਪਨੀਰੀ ਮਿਲਣ ਲੱਗ ਜੂਗੀ ਫਾਰਮ ਤੋਂ। ਅਤੇ 8ਵੇਂ ਦੀ 10-15 ਤਰੀਕ ਤੋਂ ਤੁਸੀਂ ਪਿਆਜ਼ ਦੀ ਗੱਠੀ ਵੀ ਲਾ ਸਕਦੇ ਹੋ। ਜਿਹੜੀ ਪਿਆਜ਼ ਦੀ ਗੱਠੀ ਹੈ ਉਹ 70 ਦਿਨਾਂ ਦੇ ਵਿੱਚ ਪਟਾਈ ਯੋਗ ਹੋ ਜਾਂਦੀ ਆ। ਅਤੇ ਜਿਹੜੀ ਪਨੀਰੀ ਹੈ ਉਹ ਲਗਭਗ 90 ਤੋਂ 100 ਦਿਨਾਂ ਦੇ ਵਿੱਚ ਪਟਾਈ ਯੋਗ ਹੋ ਜਾਂਦੀ ਆ। ਮਸ਼ੀਨ ਦੇ ਰਾਹੀਂ ਅਸੀਂ ਬਿਆਨ ਕਰ ਰਹੇ ਹਾਂ ਇਸ ਵਾਰ, ਪਹਿਲੀ ਵਾਰੀ ਜਿਹੜਾ ਵਰਖਾ ਰੁੱਤ ਦਾ ਪਿਆਜ਼ ਹੈ ਇਹ। ਪਹਿਲਾਂ ਏਰੀਆ ਆਪਣੇ ਲਈ ਘੱਟ ਹੁੰਦਾ ਸੀ, ਅਸੀਂ ਫਿਰ ਚਲੋ 5-7 ਕਿਲੋ ਬੀਜ ਪਾਇਆ ਕਰਦੇ। ਉਹ ਐਵੇਂ ਬੈੱਡ ਖਿੱਚ ਕੇ ਹੱਥਾਂ ਨਾਲ ਹੀ ਲੈਣਾ ਮਾਰ ਕੇ ਬੀਜ ਕੇਰ ਦਿੰਦੇ ਸੀ। ਇਸ ਵਾਰੀ ਰਕਬਾ ਸਾਡੇ ਲਵੇ ਥੋੜ੍ਹਾ ਵੱਧ ਆ, ਉਹਦੇ ਕਰਕੇ ਅਸੀਂ ਮਸ਼ੀਨ ਨਾਲ ਹੀ ਬਿਆਨ ਕਰੀਏ ਇਸ ਵਾਰੀ ਵਰਖਾ ਰੁੱਤ ਦੇ ਪਿਆਜ਼ ਦੀ। 8ਵੇਂ ਮਹੀਨੇ ਦੀ 10 ਜਾਂ 20 ਤਰੀਕ ਤੋਂ ਲਗਭਗ ਇਹ ਰੇਡੀ ਹੋ ਜੂਗਾ ਅਤੇ ਅਸੀਂ ਸੇਲ ਕਰਨ ਲੱਗ ਜਾਂਗੇ। ਬਹੁਤ ਵਧੀਆ ਵਰਾਇਟੀ ਆ, ਹਰੇਕ ਸਾਲ ਅਸੀਂ ਲਾਉਂਦੇ ਹਾਂ ਇਹ, ਆਪਦੇ ਘਰ ਵੀ ਲਾਉਂਦੇ ਹਾਂ, ਵੇਚਣ ਦੇ ਲਈ ਵੀ ਲਾਉਂਦੇ ਹਾਂ। ਬਹੁਤ ਵਧੀਆ ਵਰਾਇਟੀ ਆ, ਲੈਣਾ ਮਾਰ ਕੇ ਬੀਜ ਬੀਜ ਕੇ ਉੱਪਰ ਅਸੀਂ ਨੇ ਰਾਖੀ ਪਾ ਤੀ ਅਤੇ ਰਾਖੀ ਦੇ ਉੱਪਰ ਦੁਬਾਰਾ ਫਿਰ ਫੱਟੀਆਂ ਮਾਰ ਕੇ ਅਸੀਂ ਸਪਰਿੰਕਲ ਵਗੈਰਾ ਫਿੱਟ ਕਰ ਦਿੱਤੇ। ਧੰਨਵਾਦ ਜੀ।